ਆ ਗਏ ਜੀ ਸਾਡੇ ਉਸਤਾਦ ਮੀਨ ਸਾਹਿਬ। ਉਸਤਾਦ ਰਾਣੇ ਲੰਮੇ ਲੰਮੇ ਮਾਰੇ ਨੇ ਚਾਰ ਛਿੱਕੇ ਪੰਜ ਲੇਕਿਨ ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ। ਹੈਗਾ ਜੋਸ਼ਨ ਜੱਟਾਂ ਵਰਸਿਸ ਬੱਖੋ ਬੱਟੀ, ਜਿਹੜਾ ਨਾ ਇੱਕ ਟੂਰਨਾਮੈਂਟ ਜੋਸ਼ਨ ਜੱਟਾਂ ਛੋਟਾ ਜਿਹਾ ਹੋ ਰਿਹਾ ਵੇ, ਜਿਹਦੇ ਵਿੱਚ ਤਕਰੀਬਨ ਜਿਹੜਾ ਨਾ ਏਜ ਦੀ ਵੀ ਲਿਮਿਟ ਰੱਖੀ ਗਈ ਹੈ 22 ਸਾਲ ਤੱਕ। ਅਤੇ ਜੋਸ਼ਨ ਜੱਟਾਂ ਵਰਸਿਸ ਬੱਖੋ ਬੱਟੀ ਦਾ ਮੈਚ ਹੋਣ ਲੱਗਾ। ਬੱਖੋ ਬੱਟੀ ਦੀ ਬੈਟਿੰਗ ਔਰ ਜੋਸ਼ਨ ਜੱਟਾਂ ਦੀ ਫੀਲਡਿੰਗ। ਜੋਸ਼ਨ ਜੱਟਾਂ ਨੂੰ ਪਹਿਲਾ ਓਵਰ ਕਰਨ ਆਇਆ ਜੀ ਜੱਜ। ਜੱਜ ਦਾ ਜਿਹੜਾ ਨਾ ਉਹ ਮੈਨੂੰ ਅਸਲੀ ਨਾਂ ਨਹੀਂ ਪਤਾ, ਲੇਕਿਨ ਸਾਬਕਾ ਪਲੇਅਰ ਜੋਸ਼ਨ ਜੱਟਾਂ ਟੀਮ ਸਾਬਕਾ ਕਪਤਾਨ ਬਿੱਲਾ ਭਾਈ ਉਹਦਾ ਛੋਟਾ ਭਰਾ ਪਹਿਲਾ ਬਾਲ ਕਰਨ ਆਇਆ ਜੀ ਜੱਜ। ਪਹਿਲੀ ਬਾਲ ਔਰ ਪਹਿਲਾ ਛਿੱਕਾ ਵੈਰੀ ਗੁੱਡ ਯਾਰ, ਵੈਰੀ ਗੁੱਡ ਬਾਲ। ਦੋ ਬਾਲ ਔਰ 6 ਸਕੋਰ ਹੋ ਗਿਆ। ਤੀਸਰਾ ਬਾਲ ਕਰਨ ਵਾਸਤੇ ਆ ਰਿਹਾ ਜੱਜ। ਗ੍ਰੇਟ 6 ਯਾਰ, ਚੌਥਾ ਬਾਲ ਹੋ ਗਿਆ ਜੀ ਵਾਈਟ। ਬਿਲਿਆ ਜੱਜ ਅਖੀਰ ਘਰੀ ਜਾਣ ਡਿਆ ਈ। ਆਹੋ ਪੰਜ ਬਾਲਾਂ 3 ਛਿੱਕੇ ਪੈ ਗਏ ਹੁਣ ਲਾਈਵ ਚੱਲ ਲੈਣਾ। ਨਹੀਂ ਆਹੋ ਚਾਰ ਛਿੱਕੇ ਹੋ ਗਏ ਜਨਾਬ। ਪੰਜ ਬਾਲ ਤੇ 4 ਛਿੱਕੇ ਹੋ ਗਏ ਨੇ। ਸਾਦਮੀ ਨੇ ਗੋਟੇ ਪਿਛੇ ਦੇ ਬਾਲਰ ਨੂੰ 6 ਬਾਲ ਔਰ 5 ਛਿੱਕੇ, ਟੋਟਲ 31 ਸਕੋਰ, 31 ਸਕੋਰ ਹੋ ਗਿਆ ਜੀ ਪਹਿਲੇ ਓਵਰ ਦੇ ਵਿੱਚ। ਹੱਕਾ ਕਾਹਦੇ ਨਾਲ ਪਏ ਆ ਤੂੰ? ਇਹ ਹੁਣ ਵੇਖ ਲਓ ਉਸਤਾਦ ਮੀਨ ਬਾਲਰ ਜੇ ਦੂਸਰਾ ਓਵਰ ਕਰਵਾਉਣ ਆ ਗਏ ਜੀ ਅਮੀਨ ਇਲੈਕਟ੍ਰੀਸ਼ਨ, ਜਿਹੜੇ ਕਿ ਆਪਣੇ ਟੀਮ ਦੇ ਕਪਤਾਨ ਵੀ ਨੇ। ਵਾਹ ਜੀ ਵਾਹ, ਪਹਿਲੀ ਬਾਲ ਵਾਈਟ, ਦੂਸਰੀ ਬਾਲ ਤੇ ਲੰਮਾ ਛਿੱਕਾ। ਦੋ ਬਾਲ 2 ਛਿੱਕੇ ਸਾਹ ਜੀ, ਇਹਨਾਂ ਨੇ 30 ਦੀ ਐਵਰੇਜ ਨਾਲ ਗਾ ਲੈਣਾ ਮੈਂ 150 ਸਕੋਰ ਚ ਉਹ ਬਰਾਜ ਤੇ। ਓਏ ਤੀਸਰਾ ਬਾਲ ਡਾਟ ਹੋ ਗਿਆ ਜਨਾਬ। ਚੌਥਾ ਬਾਲ ਵੀ ਡਾਟ ਜੀ, ਗੁੱਡ ਡਿਲੀਵਰੀ ਉਸਤਾਦ ਜੀ, ਸ਼ਾਬਾਸ਼ ਅੱਜ ਪਿੱਛੇ ਸਮਝਾ ਕੇ ਉਸਤਾਦ ਨੂੰ ਥੋੜਾ ਜਿਹਾ ਗੁੱਡ ਯਾਰ। ਓਏ ਗੁੱਡ ਕੈਚ, ਸਾਬਤ ਹੁੰਦਾ ਨਜ਼ਰ ਆ ਰਿਹਾ ਵਾਈਟ ਬਾਲ ਜੀ। ਹਾਲਾਂ ਤੱਕ ਸਿਰਫ 2 ਬਾਉਂਡਰੀਆਂ ਲੱਗੀਆਂ ਨੇ ਔਰ ਤੀਸਰੀ ਵੀ ਬਾਉਂਡਰੀ। ਬਾਲ ਪਿੱਛੇ ਕਿਉਂ ਗਿਰਨਾ ਸਾਧ? ਹੁਣ ਓਵਰ ਹੋ ਗਿਆ, ਹੁਣ ਕੀ ਦੱਸਣ ਦਾ ਫਾਇਦਾ। 2 ਓਵਰ ਤੇ 51 ਸਕੋਰ ਜਨਾਬ ਹੋ ਗਿਆ ਵੇ ਬੱਖੋ ਬੱਟੀ ਦਾ ਔਰ ਇੱਕ ਖਿਲਾੜੀ ਆਊਟ। ਤੀਸਰਾ ਓਵਰ ਕਰਨ ਆਇਆ ਜੋਸ਼ਨ ਜੱਟਾਂ ਵੱਲੋਂ ਸਾਜਿਦ ਨਾਸਰ, ਪਹਿਲੀ ਬਾਲ ਔਰ ਸਿੰਗਲ ਸਕੋਰ। ਆਊਟ, ਕੈਚ ਆਊਟ ਹੋ ਗਿਆ ਜੀ। ਓਏ ਹੋਏ ਹੋਏ ਹੋਏ, ਨਹੀਂ ਹੋਇਆ ਨਹੀਂ ਹੋਇਆ, 3 ਹੀ ਹੈ। ਗੁੱਡ ਯਾਰ,
ਇੱਧਰ ਬੰਦਾ ਕੋਲ ਆਇਆ ਨਹੀਂ ਦੋ ਸਕੋਰ ਲੱਗਾ ਇਹਨੂੰ ਛਿੱਕਾ ਤਾਂ ਕੋਈ ਨਹੀਂ ਲੱਗਾ ਵਾਈਟ ਬਾਲ ਜੀ ਓਏ ਵਾਈਟ ਬਾਲ ਹੀ ਯਾਰ ਲੇਕਿਨ ਬੜੀ ਜ਼ਬਰਦਸਤ ਬੜੀ ਜ਼ੋਰ ਦੀ ਸ਼ਾਟ ਲੱਗੀ ਹੈ ਅੱਛਾ ਜੀ ਤੀਸਰੇ ਓਵਰ ਦਾ ਲਾਸਟ ਬਾਲ ਔਰ ਵਾਈਟ ਹੀ ਲੇਕਿਨ ਚਾਰ ਸਕੋਰ ਅੱਛਾ ਜੀ ਪਹਿਲੇ ਓਵਰ ਚ ਜਿੰਨਾ ਖਰਾਬ ਓਵਰ ਹੋਇਆ ਸੀ ਨਾ ਅੱਗੋਂ ਦੋ ਓਨੇ ਚੰਗੇ ਹੋ ਗਏ ਨੇ ਔਰ ਅਗਲੇ ਦੋ ਓਵਰਾਂ ਦੇ ਵਿੱਚ ਸਿਰਫ ਜਿਹੜਾ ਨਾ ਉਹ ਲੱਗਾ 34 ਸਕੋਰ ਵਾਈਟ ਬਾਲ ਜੀ ਬੜਾ ਬੇਹਤਰੀਨ ਕੈਚ ਲਿਆ ਫੀਲਡਰ ਨੇ ਵਾਈਡ ਜਿਹੜਾ ਨਾ ਉਹ ਕ੍ਰਿਕਟ ਟੂਰਨਾਮੈਂਟ 7 ਸਾਈਡ ਵਾਈਡ ਬਾਲ ਹੋ ਗਿਆ ਜਨਾਬ ਮੈਂ ਹੁਣ ਕਿੱਥੇ ਉਹਨਾਂ ਨੂੰ ਸੱਦ ਸੱਦ ਕੇ ਨਾ ਪਿਆ ਲਵਾਂ ਵਾਈਡ ਬਾਲ ਗ੍ਰੇਟ ਬਾਲ ਹੈ ਔਰ ਮਿਸ ਫੀਲਡਿੰਗ ਚਾਰ ਸਕੋਰ ਗ੍ਰੇਟ ਯਾਰ ਬਾਉਂਡਰੀ 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 ਨਹੀਂ ਉਹਨੂੰ ਆਵਾਜ਼ ਗਈ ਹੁਣ ਸਕੋਰ ਨਹੀਂ ਲੈ ਸਕਦਾ ਮਠਾ ਪੈ ਗਿਆ ਕੰਮ ਬਿੱਲਾ ਜੀ ਜਿਵੇਂ ਪਹਿਲੇ ਓਵਰ 'ਚ ਸਕੋਰ ਲੱਗਾ ਸੀ ਨਾ ਮੈਂ ਤਾਂ ਕਿਹਾ ਕਿ ਜਾਏਗਾ 150 ਤੇ ਜੀ ਸ਼ਾਟ ਯਾਰ ਲਓ ਜੀ ਪਹਿਲੀ ਇਨਿੰਗਸ ਹੋ ਗਏ ਇਖਤਤਾਮ ਪਜ਼ੀਰ ਔਰ ਟੋਟਲ ਸਕੋਰ ਹੋ ਗਿਆ ਜਨਾਬ ਬੱਖੋ ਪੱਟੀ ਦਾ 79-80 ਸਕੋਰ ਦਾ ਜਿਹੜਾ ਨਾ ਉਹ ਟਾਰਗੇਟ ਹੈ ਜੋਸ਼ਨ ਜੱਟਾਂ ਨੂੰ ਜੋਸ਼ਨ ਜੱਟਾਂ ਦੀ ਜਨਾਬ ਬੈਟਿੰਗ ਆ ਚੁੱਕੀ ਹੈ ਵਿਕਟ ਦੇ ਉੱਤੇ ਜਿਹਦੇ ਵਿੱਚ ਸਾਹਮਣਾ ਕਰੇਗਾ ਅਵੈਸ ਮਹਿਰ ਔਰ ਉਹਦਾ ਨਾਲ ਸਾਥ ਦੇਗਾ ਸਾਜਿਦ ਨਾਸਰ ਪਹਿਲਾ ਬਾਲ ਕਰੇਗਾ ਬੱਖੋ ਪੱਟੀ ਦਾ ਬਾਲਰ ਪਹਿਲੀ ਬਾਲ ਡਾਟ ਦੂਸਰੇ ਬਾਲ ਵਾਸਤੇ ਬਾਲਰ ਤਿਆਰ ਔਰ ਦੂਸਰਾ ਬਾਲ ਵੀ ਡਾਟ ਤਿੰਨ ਬਾਲ ਔਰ ਇੱਕ ਸਕੋਰ ਜੋਸ਼ਨ ਜੱਟਾਂ ਬਹੁਤ ਹੀ ਲੂਜ਼ ਬੈਟਿੰਗ ਹੈ ਇਸ ਟਾਈਮ ਲੂਜ਼ ਪਰਫਾਰਮੈਂਸ ਰਹੀ ਹੈ ਤਿੰਨ ਬਾਲ ਪਹਿਲੇ ਤੇ ਕਿਉਂਕਿ ਐਡਾ ਲੰਮਾ ਟਾਰਗੇਟ ਅਗਰ ਫੜਨਾ ਹੋਏ ਤੇ ਮਿਸਿੰਗ ਦੀ ਕੋਈ ਆਪਸ਼ਨ ਨਹੀਂ ਹੈ ਪੰਜਵਾਂ ਬਾਲ ਔਰ ਪੰਜਵੀਂ ਬਾਲ ਦੇ ਹੋ ਗਿਆ ਜਨਾਬ 6 ਸਕੋਰ 4 ਸਕੋਰ ਹੈ ਜੀ 4 ਹੋਇਆ ਵੇ ਔਰ ਟੋਟਲ ਹੋ ਗਿਆ 5 ਸਕੋਰ ਉਹ ਵਾਈਟ ਬਾਲ ਸੀ ਪਹਿਲਾ ਓਵਰ ਔਰ ਇੱਕ ਓਵਰ 6 ਸਕੋਰ ਯਾਨੀ 74 ਰਨ ਜਿਹੜਾ ਨਾ ਉਹ ਚਾਹੀਦਾ ਚਾਰ ਓਵਰ ਦੇ ਵਿੱਚ ਤਿੰਨ ਓਵਰ ਦੇ ਵਿੱਚ ਤਕਰੀਬਨ ਜਿਹੜਾ ਵੇ ਉਹ ਚਾਹੀਦੀ ਹੈ 24 ਸਕੋਰ ਦੀ ਐਵਰੇਜ ਪਰ ਓਵਰ 24 ਸਕੋਰ ਦੇ ਹਿਸਾਬ ਨਾਲ ਜਿਹੜਾ ਨਾ ਚਾਰ ਛਿੱਕੇ ਚਾਹੀਦੇ ਨੇ ਪਰ ਓਵਰ
ਬਾਲਰ ਤਾਂ ਬਹੁਤ ਹੀ ਲੂਜ਼ ਸੀ ਲੇਕਿਨ ਬੈਟਸਮੈਨ ਕੋਲੋਂ ਖੇਡਿਆ ਨਹੀਂ ਗਿਆ। ਦੂਸਰੇ ਓਵਰ ਦੀ ਪਹਿਲੀ ਬਾਲ ਔਰ ਚਾਰ ਸਕੋਰ। ਦੂਸਰਾ ਬਾਲ ਜਨਾਬ ਵਾਈਟ ਦੂਸਰਾ ਬਾਲ ਔਰ ਜਨਾਬ ਉਹਦੇ ਨਾਲ ਗ੍ਰੇਟ ਫੀਲਡਿੰਗ ਯਾਰ ਸਿਰਫ ਦੋ ਸਕੋਰ ਔਰ ਓਵਰ ਥਰੋ ਦਾ ਇੱਕ ਸਕੋਰ ਮਜ਼ੀਦ ਸਕੋਰ ਦਾ ਇਜ਼ਾਫਾ ਓਵਰ ਥਰੋ ਦਾ। ਤੀਸਰੀ ਬਾਲ ਤੇ ਸਿਰਫ ਇੱਕ ਹੀ ਸਕੋਰ ਲੱਗਾ ਵੇ ਬੋਲਡ ਸਾਜਿਦ ਨਾਸਰ ਜਨਾਬ ਬੋਲਡ ਬਹੁਤ ਹੀ ਲੂਜ਼ ਪਰਫਾਰਮੈਂਸ ਜਨਾਬ ਇਸ ਟਾਈਮ ਜੋਸ਼ਨ ਜੱਟਾਂ ਦੇ ਪਲੇਅਰਾਂ ਵੱਲੋਂ ਉਸਤਾਦ ਮੀਨ ਸਾਹਿਬ ਜੋ ਕਿ ਕਪਤਾਨ ਨੇ ਜੋਸ਼ਨ ਜੱਟਾਂ ਟੀਮ ਦੇ ਆਪ ਚਲੇ ਗਏ ਨੇ ਜਨਾਬ ਬੈਟਿੰਗ ਦੇ ਉੱਤੇ। ਬਿਹਤਰੀਨ ਜਨਾਬ ਰਨਿੰਗ ਦੋ ਓਵਰ ਦਾ ਹੋ ਗਿਆ ਖਾਤਮਾ। ਦੋ ਓਵਰ ਖਤਮ ਹੋਣ ਦੇ ਬਾਅਦ ਸਕੋਰ ਟੋਟਲ ਜਨਾਬ ਮੇਰਾ ਖਿਆਲ ਹੈ 20-21 ਸਕੋਰ। ਅੱਛਾ ਜੀ ਦੋ ਓਵਰ ਦੇ ਅਖਤਤਾਮ ਤੇ ਸਕੋਰ ਹੋਇਆ ਸੀ 18 ਔਰ ਤੀਸਰੇ ਓਵਰ ਦੀ ਪਹਿਲੀ ਬਾਲ ਡਾਟ ਔਰ ਦੂਸਰੀ ਤੇ ਉਸਤਾਦ ਮੀਨ ਦਾ ਜ਼ਬਰਦਸਤ ਸਿਕਸ ਕੀ ਹੈ ਕਿਉਂਕਿ ਬੈਟਿੰਗ ਲਾਈਨ ਬਹੁਤ ਹੀ ਲੂਜ਼ ਹੈ ਔਰ ਵਾਈਟ ਬਾਲ ਬਾਲਰ ਵੀ ਖੈਰ ਬਾਲਿੰਗ ਐਂਡ ਤੋਂ ਲੂਜ਼ ਹੀ ਨੇ। ਜ਼ਬਰਦਸਤ ਛਿੱਕਾ ਯਾਰ ਸਾਦਮੀਨ ਦਾ ਬਹੁਤ ਹੀ ਲੰਮਾ ਛਿੱਕਾ। ਚੌਥਾ ਬਾਲ ਕਰਨ ਵਾਸਤੇ ਆ ਰਿਹਾ ਜਨਾਬ ਬਾਲਰ ਔਰ ਸਕੋਰ ਮਿਲਣ ਦੇ ਸਿਰਫ ਔਰ ਸਿਰਫ ਦੋ ਵਾਈਡ ਬਾਲ ਉਹ ਗ੍ਰੇਡ ਸਿਕਸ ਯਾਰ ਸਾਮੀਨ ਉਹ ਪੰਦੇ ਤੈਨੂੰ ਜਾਣਾ ਚਾਹੀਦਾ ਸੀ। ਤਿੰਨ ਓਵਰ ਦੇ ਅਖਤਤਾਮ ਤੇ ਜਨਾਬ ਟੋਟਲ ਸਕੋਰ ਹੋ ਗਿਆ ਵੇ 42 ਸਕੋਰ ਜਨਾਬ 42 ਸਕੋਰ ਚਾਹੀਦਾ ਆਖਰੀ ਓਵਰ ਦੇ ਵਿੱਚ। ਸਪਿਨਰ ਬਾਲਰ ਔਰ ਪਹਿਲੇ ਬਾਲ ਦੇ ਪਹਿਲਾ ਹੀ ਲੌਂਗ ਸਿਕਸ ਜਨਾਬ ਸਾਦਮੀਨ ਦਾ ਐਜ ਲੱਗਿਆ ਸੀ ਲੇਕਿਨ ਕਾਮਯਾਬ ਛਿੱਕਾ ਹੋਇਆ ਉਹ ਗ੍ਰੇਟ ਯਾਰ। ਦੋ ਬਾਲਰ ਔਰ ਦੋ ਬਾਲ ਔਰ 6 ਸਕੋਰ ਹੋਇਆ। ਉਸਤਾਦ ਮੀਨ ਸਾਹਿਬ ਜਨਾਬ ਆਪਣੇ ਪਲੇਅਰਾਂ ਨੂੰ ਲੱਗ ਪਏ ਨੇ ਵਾਰੀ ਦੇਣ ਵਾਸਤੇ ਹੁਣ। ਓ ਤੀਸਰਾ ਬਾਲ ਜਨਾਬ ਹੋ ਗਿਆ ਡਾਟ। ਛੋਟੇ ਲੈਵਲ ਤੇ ਟੂਰਨਾਮੈਂਟ ਹੋ ਰਿਹਾ ਲੇਕਿਨ ਬਹੁਤ ਹੀ ਪਿਆਰਾ ਜੋਸ਼ਨ ਜੱਟਾਂ ਜਨਾਬ ਮੈਚ ਦੇ ਹੜਿਆ ਵੇ ਬੱਖੋ ਬੱਟੀ ਨੂੰ। ਟੀਮ ਹੈ ਜਨਾਬ ਜੋਸ਼ਨ ਜੱਟਾਂ ਕਰਾਊਡ ਚੈੱਕ ਕਰੋ ਜਨਾਬ ਗਰਾਊਂਡ ਦੇ ਵਿੱਚ 4-5 ਟੀਮਾਂ ਆਈਆਂ ਬੈਠੀਆਂ ਨੇ। ਇਹ ਆ ਗਏ ਜੀ ਸਾਡੇ ਉਸਤਾਦ ਮੀਨ ਸਾਹਿਬ ਉਸਤਾਦ ਰਾਣੇ ਲੰਮੇ ਲੰਮੇ ਮਾਰੇ ਨੇ 4-5 ਲੇਕਿਨ ਫਾਇਦਾ ਕੋਈ ਨਹੀਂ ਹੋਇਆ। ਹਾਂਜੀ ਜਨਾਬ ਕਿਹੋ ਜਿਹੀ ਲੱਗੀ ਅੱਜ ਦੀ ਸਾਡੀ ਵੀਡੀਓ ਕਮੈਂਟ ਕਰਕੇ ਤੁਹਾਨੂੰ ਲਾਜ਼ਮੀ ਦੱਸਣਾ ਇਹਦੇ ਨਾਲ ਹੀ ਚਾਹੁੰਦੇ ਹਾਂ ਇਜਾਜ਼ਤ ਬਹੁਤ ਸਾਰੀ ਦੁਆਵਾਂ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਦੁਆਵਾਂ 'ਚ ਮਾਜਿਦ ਚੌਧਰੀ ਨੂੰ ਵੀ ਯਾਦ ਰੱਖਿਆ ਜੇ ਤੁਸੀਂ ਚੋਰੀ ਪਾਉਣਾ।